ਜਦੋਂ ਅਸੀਂ ਇੱਥੇ ਆ ਕੇ ਪਹੁੰਚੇ ਨਾ, ਉਹ ਚੌਂਕ 'ਚ ਬੋਰਡ ਲੱਗਿਆ ਹੋਇਆ, ਸਪੋਕਸਮੈਨ ਅਖਬਾਰ ਦਾ ਜੱਸਾ ਬਾਈ, ਆਹ ਜੱਸਾ ਬਾਈ ਸਾਡਾ ਕਿੱਥੇ ਬੈਠਾ, ਜੱਸਾ ਆਹ ਦੇਖ ਆਹ ਖੜਾ ਬਾਈ, ਬਾਈ ਜੱਸਾ ਬਾਈ ਤਾੜੀਆਂ ਵਾਲਾ ਜੱਸੇ ਦਾ ਅੱਗੇ ਲਿਖਾ ਵੀ ਬੰਦਾ ਬਹੁਤ ਵਧੀਆ, ਇਹ ਜੱਸਾ ਨਾ ਸਾਨੂੰ ਕਈ ਸਾਲ ਪਹਿਲਾਂ ਦੀ ਗੱਲ ਆ, ਮੇਰਾ ਹਫ਼ਤੇ ਦੇ ਮਗਰ ਬੈਠ ਲੁਧਿਆਣੇ ਆ ਗਿਆ। ਅੱਛਾ, ਮੈਨੂੰ ਆ ਕੇ ਕਹਿੰਦਾ ਚਾਚਾ ਚਤੁਰ ਸਿੰਘ ਹੈ ਆਪ ਬਥੇਰੀ ਵਾਰੀ ਕਨੇਡਾ ਅਮਰੀਕਾ ਜਾ ਆਇਆ, ਵੀ ਕਿਸੇ ਤਰੀਕੇ ਮੈਨੂੰ ਕਨੇਡਾ ਲੈ, ਮੈਨੂੰ ਲੰਘਾ ਦੇ ਵੀਜ਼ਾ ਨੂੰ ਬਣਵਾ ਦੇ, ਮੈਂ ਕਿਹਾ ਵੀ ਸਿੱਧੀ ਜੀ ਗੱਲ ਆ ਹੈ ਵੀ ਮੈਂ ਕਬੂਤਰ ਤਾਂ ਨਹੀਂ ਛੱਡ ਕੇ ਆਉਂਦਾ, ਅੱਛਾ ਇੰਨਾ ਕੁ ਕੰਮ ਕਰ ਲੈਂਦਾ ਤੇਰੇ ਨਾਲ ਦਿੱਲੀ ਮੈਸੀ ਚਲੇ ਜਾਂਦਾ ਹੈ, ਪਹਿਲਾਂ ਮੈਂ ਅੰਦਰ ਵੜ ਜਾਂਦਾ ਜੋ ਮੈਨੂੰ ਸਵਾਲ ਪੁੱਛਣਗੇ, ਅੱਛਾ ਆ ਕੇ ਤੈਨੂੰ ਦੱਸ ਦੂੰ ਮਗਰੇ ਨਕਲ ਮਾਰ ਕੇ ਤੂੰ ਅੰਦਰ ਚੱਲ ਜੀ, ਠੀਕ ਹੈ ਕਿਹਨਾਂ ਜੀ, ਠੀਕ ਹੈ ਇਹਨੇ ਵਿਚਾਰ ਨੇ ਟੈਕਸੀ ਟੁਕਸੀ ਲਈ ਕਦੋਂ ਕਿਰਾਏ ਤੇ ਫੜੀ ਹੋਣੀ ਹੈ ਵਿਚਾਰ ਨੇ, ਮੈਂ ਅੰਦਰ ਵੜਿਆ ਕਨੇਡਾ ਅੰਬੈਸੀ ਦੇ ਵਿੱਚ, ਮੈਨੂੰ ਗੋਰੇ ਨੇ ਤਿੰਨ ਸਵਾਲ ਪੁੱਛੇ ਅੰਬੈਸੀ ਵਾਲੇ ਨੇ, ਪਹਿਲਾ ਸਵਾਲ ਮੈਨੂੰ ਪੁੱਛਿਆ ਗੋਰੇ ਨੇ, ਹਾਂ ਬਾਈ ਕਾਕਾ ਇਹ ਦੱਸ ਤੇਰੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਕੀ ਨਾਮ, ਤੁਸੀਂ ਕਿਹਾ, ਮੈਂ ਕਿਹਾ ਜੀ ਪੰਡਿਤ ਜਵਾਹਰ ਲਾਲ ਨਹਿਰੂ, ਵੈਰੀ ਗੁੱਡ, ਦੂਜਾ ਸਵਾਲ ਪੁੱਛਿਆ ਅੱਜ ਕੱਲ੍ਹ ਟੈਲੀਵਿਜ਼ਨ 'ਚ ਇੱਕ ਕਿਹੜਾ ਜਿਹਾ ਜਾਨਵਰ ਆਉਂਦਾ, ਡਾਇਨਾਸੋਰ, ਆ ਅੱਛਾ ਉਹਦਾ ਜਨਮ ਕਦੋਂ ਹੋਇਆ ਡਾਇਨਾਸੋਰ ਦਾ, ਕਦੋਂ ਪੈਦਾ ਹੋਇਆ, ਚਤੁਰ ਸਿੰਘ ਫਸ ਗਿਆ, ਫਸ ਗਿਆ ਫਿਰ ਚਤੁਰ ਸਿੰਘ ਨੇ ਵਰਤੀ ਚਤਰਾਈ, ਕੀ ਲੜਾਈ, ਮੈਂ ਕਿਹਾ ਜੀ ਐਕਚੁਅਲੀ ਇਹਦੇ ਬਾਰੇ ਕੋਈ ਪੱਕੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ, ਇਹਦੇ ਬਾਰੇ ਹਜੇ ਸਾਇੰਸਦਾਨ ਰਿਸਰਚ ਕਰ ਰਹੇ ਨੇ, ਖੋਜ ਚੱਲ ਰਹੀ ਹੈ, ਖੋਜ ਚੱਲ ਰਹੀ ਹੈ, ਐਕਸਲੈਂਟ, ਅੱਛਾ ਉਹਨਾਂ ਨੇ ਮੈਨੂੰ ਤੀਜਾ ਸਵਾਲ ਪੁੱਛਿਆ, ਐਂ ਦੱਸ ਵੀ ਤੁਹਾਡੇ ਦੇਸ਼ ਆਜ਼ਾਦ ਕਦੋਂ ਹੋਇਆ, ਇੰਡੀਆ ਕਦੋਂ ਆਜ਼ਾਦ ਹੋਇਆ, ਮੈਂ ਕਿਹਾ ਜੀ ਸਾਡੇ ਬਾਪੂ ਜੀ ਦੱਸਦੇ ਹੁੰਦੇ ਸੀ ਵੀ ਕੋਸ਼ਾਂ ਤਾਂ 1935 ਦੀਆਂ ਚੱਲਦੀਆਂ, ਹੈ ਅਲਟੀਮੇਟਲੀ ਸਾਡਾ ਮੁਲਕ 1947 ਚ ਆਜ਼ਾਦ ਹੋਇਆ, ਐਕਸਲੈਂਟ ਫੰਟੈਸਟਿਕ, ਕਹਿੰਦਾ ਯੂ ਮੇ ਗੋ ਐਂਡ ਸੈਂਡ ਮਿਸਟਰ ਜੱਸਾ ਇਨਸਾਈਡ, ਦੱਸੇ ਨੇ ਭੇਜੇ ਇੰਟਰਵਿਊ, ਜਦੋਂ ਮੈਂ ਬਾਹਰ ਆਇਆ ਜੱਸਾ ਮੈਨੂੰ ਪੁੱਛੀ ਚਾਚਾ ਕੀ ਪੁੱਛਿਆ, ਸਵਾਲ ਕੀ ਪੁੱਛਿਆ, ਸੌਕੇ ਸੌਕੇ ਸਵਾਲ ਸੀ, ਕਿਹੜੇ ਕਿਹੜੇ ਸੀਗੇ, ਮੈਂ ਕਿਹਾ ਪਹਿਲਾ ਸਵਾਲ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੀ ਨਾਮ, ਤੂੰ ਕੀ ਦੱਸਿਆ, ਮੈਂ ਕਿਹਾ ਪੰਡਿਤ ਜਵਾਹਰ ਲਾਲ ਨਹਿਰੂ, ਵੈਰੀ ਗੁੱਡ, ਜੇ ਪੁੱਛਿਆ ਡਾਇਨਾਸੋਰ ਦਾ ਜਨਮ ਕਦੋਂ ਹੋਇਆ, ਠੀਕ, ਜੇ ਪੁੱਛਿਆ ਦੇਸ਼ ਕਦੋਂ ਯਾਦ ਹੋਇਆ, ਕਹਿੰਦੇ ਕੋਸ਼ਾ 35 ਦਾ ਚੱਲਦੀਆਂ 47 ਜਵਾਂ, ਕਹਿੰਦਾ ਪਿੱਛੇ ਹਟੇ ਸਾਰੇ ਕੋਈ ਸਵਾਲ ਨੇ, ਰਟਾ ਸਿੱਧਾ ਅੰਦਰ ਚਲ ਗਿਆ, ਜਾ ਕੇ ਪੁੱਛੋ ਜੀ ਕੀ ਪੁੱਛਣਾ, ਅੱਛਾ ਉਹਨਾਂ ਨੇ ਜਾਂਦੇ ਪਹਿਲਾਂ ਹੀ ਸਵਾਲ ਪੁੱਛਿਆ, ਹਾਂ ਵੀ ਕਾਕਾ ਤੇਰੇ ਨਾਂ ਕੀ ਆ, ਦੱਸਾਂ ਕੀ ਬੋਲਿਆ, ਕਹਿੰਦਾ ਜੀ ਪੰਡਿਤ ਜਵਾਹਰ ਲਾਲ ਨਹਿਰੂ, ਪੰਡਿਤ ਨਹਿਰੂ, ਉਹ ਮੂੰਹ ਵਾਲੇ ਝਾਕਣ ਯਾਰ, ਬੰਦਾ ਨੌਕਰੀ ਕਾ ਪੁੱਛਿਆ ਕੋਸ਼ਾ, ਦੱਸਦਾ ਕੋਸ਼ਾ, ਹੈ ਉਹਨਾਂ ਨੇ ਜਦੋਂ ਦੂਜਾ ਸਵਾਲ ਪੁੱਛਿਆ, ਕਾਕਾ ਵਾਟ ਯਾਰ ਸੈਕਸ, ਆਰ ਯੂ ਮੇਲ ਔਰ ਫੀਮੇਲ, ਤੂੰ ਆਦਮੀ ਆ ਕਿ ਤੀਵੀਂ ਆ, ਫਿਰ ਦੱਸਾਂ ਕੀ ਬੋਲਿਆ, ਕਹਿੰਦਾ ਜੀ ਇਹਦੇ ਬਾਰੇ ਕੋਈ ਪੱਕੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ, ਹਜੇ ਸਾਇੰਸ ਨਾਲ ਇਹਦੇ ਬਾਰੇ ਖੋਜ ਕਰ ਰਹੇ ਹਾਂ, ਹਜੇ ਖੋਜ ਚੱਲ ਰਹੀ ਆ, ਮਗਰੇ ਜੱਸਾ ਜੀ ਨੂੰ ਤੀਜਾ ਸਵਾਲ ਪੁੱਛਿਆ, ਕਿਹੜਾ, ਕਹਿੰਦਾ ਕਾਕਾ ਤੂੰ ਇਹੀ ਦੱਸ ਦੇ ਤੂੰ ਜੰਮਿਆ ਕਦੋਂ ਸੀ, ਪੈਦਾ ਕਦੋਂ ਹੋਇਆ, ਹਾਂ ਦੱਸਾਂ ਕੀ ਬੋਲਿਆ, ਕਹਿੰਦਾ ਸਾਡੇ ਬਾਪੂ ਜੀ ਦੱਸ ਦੇ ਹੁੰਦੇ ਸੀ ਵੀ ਕੋਸ਼ਨ ਦਾ 1935 ਦੀਆਂ ਚੱਲਦੀਆਂ 47 ਕਿਉਂ ਹੈ ਜੀ, ਕਹਿੰਦਾ ਇਹਨੂੰ ਕਹਿੰਦੇ ਨਕਲ ਵੀ ਅਕਲ ਨਾਲ ਵੱਜਦੀ ਆ, ਮੈਂ ਕਿਹਾ ਸਵਾਲ ਪੁੱਛੇ ਸਿੱਧੇ ਕਰ ਗਿਆ, ਅੱਛਾ ਭਾਨਾ ਤੇ ਅਮਰੀਕਾ ਹੋ ਗਿਆ ਯਾਰ, ਭਾਨੇ ਦੀ ਕੀ ਗੱਲ ਪੁੱਛਦਾ, ਭਾਨੇ ਨੂੰ ਤਾਂ ਸਾਰੇ ਜਾਣਦੇ ਆ, ਭਾਨੇ ਨੇ ਐਂ ਕਰਕੇ ਬੜੀਆਂ ਰੌਣਕਾਂ ਲਾਈਆਂ ਜਿੱਥੇ ਵੀ ਜਾਂਦਾ ਯਾ ਯਾ, ਅੱਛਾ ਕੀ ਗੱਲਾਂ ਬਾਅਦ ਕਰਦਾ ਯਾ ਯਾ ਪਹਿਲਾਂ ਕਰਦਾ, ਜਦੋਂ ਭਾਨਾ ਪੜ੍ਹਦਾ ਹੁੰਦਾ ਸੀ ਯੂਨੀਵਰਸਿਟੀ, ਅੱਛਾ ਮੇਰਾ ਇੱਕ ਕਰੈਕਟਰ ਹੁੰਦਾ ਸੀ ਸ਼ਾਮ ਨੂੰ ਕੀ ਕਰਨਾ ਉਹਨੇ, ਹੈ ਟਾਈਆਂ ਟੂਈਆਂ ਲਾ ਕੇ ਕੋਟ ਕੂਟ ਪਾ ਕੇ ਹੈ ਫਿਰੋਜ਼ਪੁਰ ਰੋਡ ਤੇ ਨਿਕਲ ਆਉਂਦਾ ਸੀ, ਅੱਛਾ ਨਾਲ ਉਹਦੇ ਪੰਜ ਚਾਰ ਵਸਣ ਦੇ ਦੋਸਤ ਯੂਨੀਵਰਸਿਟੀ ਦੇ, ਹੈ ਉਹਨੇ ਕੀ ਦੇਖਣਾ ਜਿੰਨੇ ਮੈਰਿਜ ਪੈਲਸ ਨੇ, ਹੈ ਕਿਸੇ ਤੇ ਕਿਸੇ ਵਿੱਚ ਵਿਆਹ ਹੁੰਦਾ ਸੀ, ਅੱਛਾ ਟਾਈ ਟੂਈ ਲਾ ਕੇ ਉਹਦੇ ਵਿੱਚ ਜਾ ਕੇ ਵੜ ਜਾਂਦਾ ਸੀ, ਅੱਛਾ ਮੌਜ ਨਾਲ ਮੁਰਗਾ ਦਾਰੂ ਐਨ ਮੁਫਤ ਦਾ ਖਾ ਪੀ ਕੇ ਤੁਹਾਨੂੰ ਹੋ ਕੇ ਰਾਤ ਨੂੰ ਘਰੇ ਆਉਂਦਾ ਸੀ, ਅੱਛਾ ਇੱਕ ਦਿਨ ਕੀ ਹੋਇਆ, ਪਰ ਭਾਨੇ ਨੂੰ ਮੈਂ ਪੁੱਛਿਆ ਵੀ ਭਾਨੇ ਤੁਹਾਨੂੰ ਇੱਦਾਂ ਫਸਦੇ ਨਹੀਂ ਹੁੰਦੇ ਸੀ, ਲੈ ਕਹਿੰਦਾ ਫਸਣਾ ਕਿਵੇਂ ਆ, ਸਾਰੇ ਕੁੜੀਆਂ ਨੇ ਸਮਝ ਲੈਂਦੇ ਸੀ ਮੁੰਡਿਆਂ ਵਾ, ਮੁੰਡਿਆਂ ਨੇ ਸਮਝਦੇ ਨਹੀਂ ਸੀ ਕੁੜੀ ਵਾਲਾ, ਹੁਣ ਇਹਨਾਂ ਕੋਈ ਪੁੱਛਦਾ, ਇੰਨਾ ਕੁ ਧਿਆਨ ਕਹਿੰਦਾ ਅਸੀਂ ਜ਼ਰੂਰ ਰੱਖ ਲੈਂਦੇ ਹੁੰਦੇ ਸੀ ਵੀ ਜਿਹੜੀ ਜਾਟ ਬਰਾਦਰੀ ਦਾ ਵਿਆਹ ਹੁੰਦਾ ਸੀ ਉਹਦੇ ਪੰਜ ਚਾਰ ਗੋਤ ਚੇਤੇ ਕਰ ਲੈਂਦੇ ਹੁੰਦੇ ਸੀ, ਅੱਛਾ ਜੱਟਾਂ, ਹਾਂ ਜੇ ਜੱਟਾਂ ਦਾ ਵਿਆਹ ਹੋਵੇ ਪੁੱਛ ਲਾਂਗੇ ਅਗਲਾ ਜਾ ਕੇ, ਭਾਈ ਤੁਸੀਂ ਕੌਣ ਹੁੰਦੇ, ਅਸੀਂ ਛੰਨੂ ਹੁੰਦੇ ਹਾਂ ਜੀ, ਬਰਾੜ ਹੁੰਦੇ ਹਾਂ, ਤੁਸੀਂ ਕੌਣ ਹੁੰਦੇ ਹੋ, ਬਰਾੜ ਹੁੰਦੇ ਹਾਂ ਜੀ, ਅਸੀਂ ਗਰਿਆਲ ਹੁੰਦੇ ਹਾਂ ਜੀ, ਅੱਛਾ ਇੱਦਾਂ ਕਹਿੰਦਾ ਸਾਡਾ ਟਾਈਮ ਨਿਕਲ ਜਾਂਦਾ ਸੀ, ਇੱਕ ਦਿਨ ਕਹਿੰਦਾ ਕੀ ਹੋਇਆ ਜੀ ਮਿਸਤਰੀਆਂ ਦੇ ਵਿਆਹ ਜਾ ਬੜਾ, ਅੱਛਾ ਮੈਂ ਕਿਹਾ ਜੀ ਫੇਰ, ਅਸੀਂ ਕਹਿੰਦਾ ਫੇਰ ਜੀ ਪੁੱਛਦੇ ਰਾਤ ਨੂੰ ਐ ਮੁਰਗੇ ਖਾਧੇ ਮੱਛੀ ਖਾਧੀ ਟਾਈ ਟੂਈ ਪੂਰੇ ਤੋਂਡਾ ਕੱਢ ਲਈਆਂ ਬਾਹਰ ਨੂੰ ਅਸੀਂ ਵਾਪਸ ਆਉਣ ਲੱਗੇ, ਅਸੀਂ ਕੀ ਦੇਖਦੇ ਹਾਂ ਮਿਸਤਰੀ ਦਾ ਬੁੜਾ ਖੂੰਡੀ ਚੱਕੀ ਸਾਡੇ ਵੱਲ ਨੂੰ ਆ ਗਿਆ, ਅੱਛਾ ਅਸੀਂ ਡਰ ਗਏ ਵੀ ਸਾਡਾ ਹੁਣ ਪੰਗਾ ਪੈਣ ਲੱਗਿਆ, ਪਰ ਬੁੜੇ ਦੇ ਮਨ ਦੇ ਵਿੱਚ ਕਹਿੰਦਾ ਆਪਣੀ ਸ਼ਕੀਮ, ਬੁੜੇ ਦੀ ਪੋਤੀ ਵਿਆਹਣ ਵਾਲੀ ਸੀ ਸੋਹਣੀ ਜੀ, ਅੱਛਾ ਬੁੜਾ ਆਪਣੀ ਸ਼ਕੀਮ ਵੀ ਮਿਸਤਰੀਆਂ ਦੇ ਸੋਹਣੇ ਸੋਹਣੇ ਮੁੰਡੇ ਬੈਠੇ ਆ, ਇਹਨਾਂ ਨੂੰ ਪੁੱਛਦੇ ਇਹਨਾਂ ਦੀ ਜਾਤ ਬਰਾਦਰੀ ਕੀ ਆ ਗੋਤ ਕੀ ਆ, ਆਪਾਂ ਕੁੜੀ ਦੇ ਵਿਆਹ ਹੀ ਕਰ ਦਾਂਗੇ, ਠੀਕ ਆ ਹੁਣੇ ਆ ਕੇ ਸਾਡੇ ਗਰੁੱਪ ਦੇ ਵਿੱਚ ਇੱਕ ਨੂੰ ਪੁੱਛਿਆ ਕਾਕਾ ਤੁਹਾਡਾ ਗੋਤ ਕੀ ਆ ਤੁਸੀਂ ਕੌਣ ਹੁੰਦੇ ਹੋ, ਉਹ ਕਹਿੰਦੇ ਜੀ ਅਸੀਂ ਲੋਟੇ ਹੁੰਦੇ ਹਾਂ, ਲੋਟੇ, ਦੂਜੇ ਨੂੰ ਪੁੱਛਿਆ ਤੁਸੀਂ ਕੌਣ ਹੁੰਦੇ ਹੋ, ਕਹਿੰਦੇ ਜੀ ਅਸੀਂ ਮਠਾੜੂ ਹੁੰਦੇ ਹਾਂ, ਤੀਜੇ ਨੂੰ ਅਸੀਂ ਕਲਸੀ ਹੁੰਦੇ ਹਾਂ ਜੀ, ਅੱਛਾ ਚੌਥੇ ਨੂੰ ਅਸੀਂ ਧੀਮਨ ਹੁੰਦੇ ਹਾਂ ਜੀ, ਕਹਿੰਦੇ ਜਾਨੂੰ ਮੈਨੂੰ ਆ ਕੇ ਪੁੱਛਣ ਲੱਗੇ ਮੇਰੀ ਬਾਰੀ ਆ ਗਈ, ਕਹਿੰਦੇ ਕਾਕਾ ਛੋਟਾ ਗੋਤ ਕੀ ਤੁਸੀਂ ਕਿਹਦਾ ਚੁਣਦੇ ਹੋ, ਕਹਿੰਦੇ ਮੇਰੀ ਜਿਹੜੀ ਸਾਰੀ ਮਿਸਤਰੀਆਂ ਦੇ ਗੋਤ ਮੁੱਕ ਗਏ,
उस जमाने च कोई तुहाडे फर्क आया मेरे च की फर्क होना मेरे प्यारे प्यारे दर्शक मेरे प्यारे प्यारे स्रोते है मैनू अज तो 25 साल पहला नहीं जानते सही गल सो जिदा की मेरी शक्ल है 25 साल पहला सी है ओदा की शक्ल मेरी अज अच्छा ਤੁਸੀਂ ਨਹੀਂ ਮੰਨਦੇ ਇਸ ਗੱਲ ਨੂੰ ਮੈਂ ਮੰਨਦਾ ਸ਼ਕਲ ਨੂੰ ਮਾਰੋ ਗੋਲੀ ਠੀਕ ਹੈ ਜਿੱਦਾਂ ਦੀ ਮੇਰੀ ਅਕਲ ਹੈ 25 ਸਾਲ ਪਹਿਲਾਂ ਸੀ ਹੈ ਉਦਾਂ ਦੀ ਅਕਲ ਮੇਰੀ ਅੱਜ ਆ ਹੈ ਅਕਲ ਨੂੰ ਵੀ ਮਾਰੋ ਗੋਲੀ ਅੱਛਾ ਜਿੰਨੀ ਤਾਕਤ ਹੈ ਮੇਰੇ 'ਚ 25 ਸਾਲ ਪਹਿਲਾਂ ਸੀ ਹੈ ਉਹੀ ਤਾਕਤ ਮੇਰੇ 'ਚ ਅੱਜ ਆ ਚਾਚਾ ਇਹ ਨਹੀਂ ਮੰਨਦਾ ਕਿਉਂ 25 ਸਾਲ ਪਹਿਲਾਂ ਦੀ ਤਾਕਤ ਹੈ ਹੈ ਕੱਲਾ ਜਾਣਾ ਹੈ ਇੱਕ ਕੁਇੰਟਲ ਕਣਕ ਦੀ ਗੋਰੀ ਚੱਕ ਕੇ ਬੋਰੀ ਕੁਇੰਟਲ ਦੀ ਕਣਕ ਦੀ ਬੋਰੀ ਹਾਂ ਅੱਛਾ ਅੱਜ ਮੈਂ ਢੋਲ 'ਚ ਨਹੀਂ ਪਾ ਸਕਦਾ ਤੇ 25 ਸਾਲ ਪਹਿਲਾਂ ਨਾ ਹੀ ਉਦੋਂ ਪੈਂਦੀ ਸੀ ਵੱਡਾ ਤਾਕਤਵਰ ਮੈਂ ਤਾਕਤ ਦੱਸੀ ਆ ਵੀ ਮੇਰੀ ਤਾਕਤ ਬਰਾਬਰ ਹੈ ਇਹ ਦੱਸ ਉਸ ਜ਼ਮਾਨੇ 'ਚ ਤੇ ਅੱਜ ਦੇ ਜ਼ਮਾਨੇ 'ਚ ਹੋਰ ਕਿਹੜੀ ਚੀਜ਼ ਮਿਲਦੀ ਆ ਸੋਡੀ ਚਾਚੀ ਅਤਰੋਂ ਦਾ ਸੁਭਾਅ ਚਾਚੀ ਦਾ ਸੁਭਾਅ ਕੀ ਮਤਲਬ ਉਹ ਪਹਿਲਾਂ ਵੀ ਸ਼ੱਕੀ ਸੀ ਹੁਣ ਵੀ ਸ਼ੱਕੀ ਆ ਚਾਚੀ ਸ਼ੱਕੀ ਆ ਮੈਂ ਕਿਹਾ ਪਿਛਲੇ ਹਫ਼ਤੇ ਮੈਂ ਘਰੇ ਗਿਆ ਨਾ ਸਤਿ ਸ੍ਰੀ ਅਕਾਲ ਨਾਲ ਲੈਣਾ ਦਾ ਦੇਣਾ ਪੈ ਗਈ ਟੁੱਟ ਕੇ ਕੀ ਕਹਿੰਦੀ ਕਿਹੜੀ ਮਾਂ ਕੋਲੋਂ ਆਇਆ ਲੈ ਦੱਸ ਕਿਹੜੀ ਨਪੁੱਤੀ ਕੋਲੋਂ ਆਇਆ ਲੈ ਦੱਸ ਕਿਹੜੀ ਭਰਾਵਾਂ ਪਿੱਤੀ ਕੋਲੋਂ ਆਇਆ ਓਏ ਹੋਏ ਮੈਂ ਕਿਹਾ ਤੇਰਾ ਬੇੜਾ ਗਰਕ ਜੇ ਤੂੰ ਕਿਵੇਂ ਕਹਿ ਸਕਦੀ ਹੈ ਮੈਂ ਕਿਸੇ ਕੋਲੋਂ ਹੋ ਕੇ ਆਇਆ ਹੈ ਮੇਰੇ ਕੁੜਤੇ ਦੇ ਉੱਪਰੋਂ ਕਿਸੇ ਜਨਾਨੀ ਦੇ ਸਿਰ ਦਾ 1.5 ਫੁੱਟ ਲੰਮਾ ਵਾਲ ਲਾ ਕੇ ਕਹਿੰਦੀ ਹੈ ਆ ਕੀ ਦੀ ਮਾਂ ਦਾ ਫਸਾ ਲਿਆ ਮੈਂ ਥੰਬਲ ਗਿਆ ਸੰਭਲੇ ਕਿਵੇਂ ਫਿਰ ਚਤਰ ਸਿਓ ਨੇ ਵਰਤੀ ਚਤਰਾਈ ਕੀ ਲੜਾਈ ਮੈਂ ਕਿਹਾ ਕਮਲੀਏ ਮੈਂ ਚੌੜੇ ਬਾਜ਼ਾਰ ਗਿਆ ਸੀ ਹੈ ਤੇਰੇ ਲਈ ਕੰਨਾਂ ਦੀ ਵਾਲੀਆਂ ਲੈਣ ਗਿਆ ਸੀ ਹੈ ਹਵਾ ਚੱਲਦੀ ਸੀ ਕਿਸੇ ਜਨਾਨੀ ਦੇ ਸਿਰ ਦਾ ਵਾਲ ਲੈ ਕੇ ਮੇਰੇ ਕੁੜਤੇ ਤੇ ਗਿਰ ਗਿਆ ਹੁਣ ਉੜ ਹੋ ਗਿਆ ਪੂਰਾ ਸੁਚੇਤ ਸੁਚੇਤ ਹੋ ਗਿਆ ਦੂਏ ਦਿਨ ਮੈਂ ਸਾਰੇ ਕੱਪੜੇ ਲੀੜੇ ਚੰਗੀ ਤਰ੍ਹਾਂ ਝਾੜ ਕੇ ਮੈਂ ਘਰੇ ਵੜਿਆ ਫੇਰ ਖੁਸ਼ ਹੋ ਗਈ ਕਾਹਨੂੰ ਖੁਸ਼ ਹੋ ਗਈ ਪਿਛਲੇ ਹਫ਼ਤੇ ਨਾਲੋਂ ਵੀ ਗਿੱਠ ਗਿੱਠ ਵੱਧ ਉਪੜੇ ਅੱਜ ਫੇਰ ਕਿਹੜੀ ਵੀਰਾਂ ਵੱਡੀ ਕੋਲੋਂ ਆਇਆ ਅੱਛਾ ਅੱਜ ਫੇਰ ਕਿਹੜੀ ਨਖਸਮੀ ਕੋਲੋਂ ਆਇਆ ਅੱਜ ਫੇਰ ਕਿਹੜੀ ਨਪੁੱਤੀ ਕੋਲੋਂ ਆਇਆ ਮੈਂ ਕਿਹਾ ਤੇਰਾ ਬੇੜਾ ਕਰਤ ਜੇ ਧਿਆਨ ਨਾਲ ਵੇਖ ਅੱਜ ਤਾਂ ਮੇਰੇ ਕੁੜਤੇ ਦੇ ਉੱਪਰ ਇੱਕ ਵੀ ਵਾਲ ਨਹੀਂ ਫੇਰ ਕੀ ਕਹਿੰਦੀ ਕਦੀ ਇਹੀ ਤਾਂ ਮੈਂ ਪੁੱਛਦੀ ਹਾਂ ਤੂੰ ਇੰਨਾ ਘਟਿਆ ਹੋ ਗਿਆ ਇੰਨਾ ਕਮੀਨਾ ਹੋ ਗਿਆ ਹੁਣ ਤੂੰ ਧੋਨੀਆਂ ਮੋਨੀਆਂ ਕੋਲ ਵੀ ਜਾਣ ਲੱਗ ਪਈ ਰੋਡੀਆਂ ਕੋਲ ਜਾਣ ਲੱਗ ਪਿਆ ਚਾਚਾ ਸ਼ੱਕੀ ਚਾਚੀ ਵੀ ਕਹਿੰਦੇ ਆ ਸ਼ੱਕੀ ਜਨਾਨੀ ਪਰ ਜਿੱਦਾਂ ਤੁਸੀਂ ਆਪ ਪੰਜਾਬ ਮਸ਼ਹੂਰੀ ਕਰਾਈ ਉਹ ਸੁੱਖੀ ਨੇ ਗੀਤ ਵੀ ਗਾਇਆ ਸੀ ਚਤਰ ਸਿਆ ਕੀ ਲੱਗਦੇ ਕੀ ਲੱਗਦੀ ਪ੍ਰਤਾਪੀ ਉਹ ਸੁੱਖੀ ਨੇ ਕੈਸਰ ਦੇ ਵਿੱਚ ਤਾਂ ਗੀਤ ਗਾਇਆ ਸੀ ਕਾਹਦਾ ਗੀਤ ਗਾਇਆ ਸੀ ਸੌ ਰੁਪਏ ਨੇ ਮੇਰੇ ਤਾਂ ਪੋਲ ਹੀ ਖੋਲ ਕੇ ਰੱਖ ਦਿੱਤੀ ਕੀ ਹੋਇਆ ਇੱਕ ਦਿਨ ਮੈਨੂੰ ਆ ਕੇ ਕਹਿੰਦਾ ਵੀ ਚਾਚਾ ਚਤਰ ਸਿਆ ਤੇਰੇ ਗੁਆਂਢ ਦੇ ਵਿੱਚ ਅੱਛਾ ਇੱਕ ਅਹੀ ਜੀ ਸੁਨੱਖੀ ਔਰਤ ਆਈ ਆ ਬਿਲਕੁਲ ਗੁਆਂਢ ਦੇ ਵਿੱਚ ਰਹੇ ਰੱਬ ਦਾ ਨਾਮ ਸਿਓ ਵਰਗੀਆਂ ਗੱਲਾਂ ਸਰਾਹੀ ਵਰਗੀ ਧੌਣ ਅੱਛਾ ਪੱਤੀਆਂ ਵਰਗੇ ਫੁੱਲ ਅੱਛਾ ਕਹਿੰਦਾ ਵੇਖੇ ਨੂੰ ਚਾਚਾ ਐ ਲੱਗਦਾ ਜਿਵੇਂ ਪੂਰਾ ਤੜਕ ਚ ਵਧਾ ਦੀ ਉਹ ਸੁੱਤਾ ਵਾ ਪਰ ਮੈਨੂੰ ਉਹਦੇ ਘਰੇ ਜਾਣ ਦਾ ਕੋਈ ਮੌਕਾ ਨਾ ਲੱਭਿਆ ਨਾ ਮਿਲੇ ਅੱਛਾ ਫੇਰ ਚਤਰ ਸਿਓ ਨੇ ਵਰਤੀ ਚਤਰਾਈ ਸਕੀਮ ਲਾਈ ਸਾਡੀ ਦੀਵਾਰ ਸਾਂਝੀ ਸੀ ਸਾਂਝੀ ਗੱਲ ਭਤੀਜ ਮੈਂ ਉਹਨੂੰ ਦੇਖਣ ਲਈ ਹੈ ਆਪਣੀ ਸਾਂਝੀ ਦੀਵਾਰ ਦੇ ਵਿੱਚੋਂ ਇੱਕ ਇੱਟ ਕੱਢੀ ਇੱਕ ਇੱਟ ਕੱਢੀ ਹਾਏ 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 ਐਡੀ ਕਾਲੇ ਰੰਗ ਦੀ ਮੋਟੀ ਅੱਖ ਦਿਖੀ ਕਾਲੀ ਸ਼ਾਖ ਮੈਂ ਫਿਰ ਦੂਜੀ ਇੱਟ ਕੱਢੀ ਦੂਜੀ ਇੱਟ ਕੱਢੀ ਫਿਰ ਦੂਜੀ ਕਾਲੇ ਰੰਗ ਦੀ ਐਡੀ ਮੋਟੀ ਅੱਖ ਦਿਖੀ ਹੈ ਜਦੋਂ ਮੈਂ ਤੀਜੀ ਇੱਟ ਕੱਢੀ ਨਾ ਹੈ ਮੈਂ ਪਹਿਲੀਆਂ ਵੀ ਦੋ ਬੰਦ ਕਰਤੀਆਂ ਚਾਚਾ ਉਹ ਕਿਉਂ ਐਵੇਂ ਸੌੜਦੇ ਨੇ ਉੱਥੇ ਮੱਝ ਖੜਾਈ ਹੋਈ ਸੀ ਅੰਦਰ ਮੱਝ ਬੰਨੀ ਸੀ ਹਾਏ ਹਾਏ ਵਿੱਚ ਇਦਾਂ ਹੀ ਹੁੰਦਾ ਯਾਰ ਵਿੱਚੇ ਖੜਾਈ ਹੁੰਦੀ ਆ ਵਿੱਚੇ ਮੱਝ ਖੜਾਈ ਹੁੰਦੀ ਬਹੁਤ ਮਾੜੀ ਹੋਈ ਚਾਚਾ ਮੈਨੂੰ ਪਤਾ ਲੱਗਾ ਤੁਸੀਂ ਫੌਜ 'ਚ ਭਰਤੀ ਹੈ ਫੌਜ ਦਾ ਭਤੀਜ ਮੈਂ ਸੈਕਿੰਡ ਲੈਫਟੀਨੈਂਟ ਭਰਤੀ ਹੋਇਆ ਸੀ ਬੱਲਾ 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 ਜੇ ਭਰਤੀ ਸੈਕਿੰਡ ਲੈਫਟੀਨੈਂਟ ਹੋ ਸੀ ਘੱਟੋ ਘੱਟ ਹੀ ਬਰਗੇਡੀਅਰ ਵਰਗੇ ਰਿਟਾਇਰ ਹੋਓਗੇ ਔਰ ਬਰਗੇਡੀਅਰ ਤੱਕ ਤਾਂ ਮੈਂ ਪਹੁੰਚਿਆ ਨਹੀਂ ਪਹਿਲਾਂ ਹੀ ਫੌਜ 'ਚ ਭਗੌੜਾ ਹੋ ਗਿਆ ਕੀ ਗੱਲ ਹੋਈ ਕਿਉਂਕਿ ਭਤੀਜ ਫੌਜ ਦੇ ਵਿੱਚ ਮੈਨੂੰ ਲੈਫਟ ਵੀ ਸਮਝ ਆ ਜਾਂਦਾ ਸੀ ਮੈਨੂੰ ਰਾਈਟ ਵੀ ਸਮਝ ਆ ਜਾਂਦਾ ਠੀਕ ਮੈਨੂੰ ਸੱਜਾ ਵੀ ਸਮਝ ਆ ਜਾਂਦਾ ਸੀ ਮੈਨੂੰ ਖੱਬਾ ਵੀ ਸਮਝ ਆ ਜਾਂਦਾ ਸੀ ਬਿਲਕੁਲ ਠੀਕ ਜਦੋਂ ਫੌਜ ਦੇ ਵਿੱਚ ਮੈਨੂੰ ਪੇਸ਼ਾ ਹਿੰਦੀ ਦੇ ਦਾਏ ਬਾਏ ਕਰਕੇ ਮਿਲੀ ਮੈਨੂੰ ਸਾਰੀ ਉਮਰ ਹਾਈ ਦਾਏ ਬਾਏ ਦੀ ਸਮਝ ਨਹੀਂ ਆਈ ਦਾਏ ਬਾਏ ਸਮਝ ਨਹੀਂ ਲੱਗਿਆ ਕੁਛ ਨਾ ਜਦੋਂ ਵੀ ਮੇਜਰ ਆ ਕੇ ਪਰੇਡ ਕਰਾਇਆ ਕਰੇ ਆਉਂਦਾ ਹੀ ਕਿਹਾ ਕਰੇ ਦਾਇਆ ਪੈਰ ਅਪ ਫਿਰ ਆਪਾਂ ਪਤੀ ਜੀ ਖੱਬਾ ਪੈਰ ਚੱਕ ਲੈਂਦੇ ਸੀ ਬਾਜੋ ਪਿੱਠੂ ਹਾਂ ਨਾਲ ਹੀ ਪਿੱਠੂ ਕੰਨ ਫੜੋ ਐਦਾਂ ਹੀ 26 ਜਨਵਰੀ ਦੀ ਪਰੇਡ ਕਰਾਉਣ ਨੂੰ ਨਵਾਂ ਮੇਜਰ ਆਇਆ ਮੇਜਰ ਸਾਹਿਬ ਆਉਂਦਾ ਹੀ ਕਹਿੰਦੇ ਬਾਇਆ ਪੈਰ ਅਪ ਫਿਰ ਆਪਾਂ ਪਤੀ ਸੱਜਾ ਪੈਰ ਚੱਕ ਲਿਆ ਸੱਜਾ ਚੱਕ ਲਿਆ ਥੋੜੀ ਜਿਹੀ ਦੇਰ ਬਾਅਦ ਮੈਨੂੰ ਪਤਾ ਲੱਗ ਗਿਆ ਵੀ ਸਾਲਾ ਮੇਰੇ ਵਾਲਾ ਕੰਮ ਹੋ ਗਿਆ ਗਲਤ ਹੋ ਗਿਆ ਫਿਰ ਮੈਂ ਸੋਚਿਆ ਵੀ ਜੇ ਹੋਰ ਬਦਲਿਆ ਹਾਂ ਫਸ ਜੂ ਇਹਦੇ ਨਾਲ ਤਾਂ ਚੰਗਾ ਜੈਸੇ ਹੈ ਠੀਕ ਹੈ ਫਿਰ ਬਚ ਗਏ ਕਾਹਨੂੰ ਬਚ ਗਏ ਮੇਰੀ ਮਾੜੀ ਕਿਸਮਤ ਨੂੰ ਜਿਹੜਾ ਜਵਾਨ ਮੇਰੇ ਸੱਜੇ ਪਾਸੇ ਖੜਾ ਸੀ ਹਾਂ ਜਿਵੇਂ ਤੂੰ ਖੜਾ ਹੈ ਉਹ ਸਮੇਂ ਦਾ ਆਪਣਾ ਖੱਬਾ ਪੈਰ ਚੱਕੀ ਖੜਾ ਸੀ ਇਹ ਐਂ ਖੱਬਾ ਪੈਰ ਹਾਂ ਉਹਨੇ ਠੀਕ ਚੱਕਿਆ ਸੀ ਇਹ ਗੱਲ ਤੂੰ ਤਾਂ ਸਮਝ ਗਿਆ ਨਾ ਵੀ ਉਹਨੇ ਠੀਕ ਚੱਕਿਆ ਸੀ ਸਾਡਾ ਮੇਜਰ ਨਹੀਂ ਨਾ ਸਮਝਿਆ ਕੀ ਕਹਿੰਦਾ ਸਾਨੂੰ ਇਦਾਂ ਖੜਿਆ ਨੂੰ ਦੇਖ ਕੇ ਪਤਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਕੌਣ ਲੂਗਾ ਪਠਾ ਦੋਏ ਲੱਤਾਂ ਚੱਕੀ ਖੜਾ ਹੈ
शिकार करने लग गया फतीज फिर शेर तो घट का शिकार करना पे चाचा जी झूठ ना बोलो अरे पाने जाते चिड़ी नहीं मार के देखी चिड़ी तो मैं जान के नहीं मार दा क्यों जो चिड़ी मार दो बाद तुरे जाते दुखी तिखी बंदे भी टिचरा कर दे चिड़ी मार जा तुरे जाता है चार बजे जंगल गया हाथ च फड़ी बंदूक अच्छा घोरने वाले देख रहे हैं है। शेर ने कढ़ी घोरने जो धौन बाहर अच्छा आप बिन्न के मरी गोली मैं शेर मर गया कल मरिया फतीज जख्मी हो गया जख्मी हो गया जख्मी होके होर पुत्र गया पुत्र गया उन्हें मरी चंगयाड़ बोले 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 ते शेर होनी पिछे पिछे चतर सिंह होनी मूरे मूरे आए हाय चतर सिंह होनी मूरे मूरे आए हाय शेर होनी पिछे पिछे पर चाचा जी हां पिछो आके शेर ने सानू जी ते जदों शेर आ गए मेनू पिछो दबोचन लग्या बेचारे दा पैर तिलक गया ओ तिलक के गिर गया जी मेनू तो फड़ के कर दिंदा लीरो ली तिलक के गिर गया चाचा जी तुसीं तां फिर बहादुर आदमी हो जे तुहाडी थां मेरे अगर कमजोर जिहा बंदा हुंदा मैं मूहरे मूहरे हुंदा शेर मेरे पिछे पिछे हुंदा मेरा डरदे मारे दा सब को पजामे च निकल जाना सी अरे कमलिया तू है कमजोर दिल दा बंदा तेरा चाचा होया सूरमा तेरे मेरे च इन्ना फर्क तां चाहीदा ही तुसीं सूरमे हो पक्का दिल ते हथ रखो रख लिया ते सच बोलियो जे तुसीं मूहरे मूहरे सी शेर तेरे पिछे पिछे सी डरदे मारे दा तुहाडा पजामे च कोई निकलिया नहीं सी ते होर साडा शेर तिलके कित्थों सी ਸੂਰਵੀਰ ਮਰਨਾ ਸ਼ੇਰ ਨਾਲ ਪੰਗਾ ਲੈ ਕੇ